ਗੋਗਾ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਮੈਂ ਬੀਬਾ ਭਾਈ ਗੁਰਗੋਪਾਲ ਸਿੰਘ ਜੀ ਉਹਨਾਂ ਦੀ ਸੰਸਥਾ ਜਿਹੜੀ ਹੈ ਉਹਨਾਂ ਵੱਲੋਂ ਜਿਹੜੀ ਇਹ ਮੁਹਿੰਮ ਚਲਾਈ ਜਾ ਰਹੀ ਹੈ ਗਰੀਬਾਂ ਦੇ ਮੂੰਹ ਦੇ ਵਿੱਚ ਜਿਹੜਾ ਦਾਣਾ ਪਹੁੰਚਾਇਆ ਜਾ ਰਿਹਾ ਬੜੇ ਵੱਡੇ ਪੱਧਰ 'ਤੇ ਜਿਹੜੀ ਸੇਵਾ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਕਰਦਾ ਹਾਂ ਕਿਉਂਕਿ ਮੈਂ ਇਹਨਾਂ ਪਰਿਵਾਰਾਂ ਦੇ ਵਿੱਚ ਵਿਚਰਿਆ ਇਹ ਸਾਡੇ ਗੁਰੂ ਅਰਜਨ ਦੇਵ ਨਗਰ ਗਲੀ ਨੰਬਰ 3 ਦੇ ਵਿੱਚ ਪਹੁੰਚੇ ਨੇ ਔਰ ਇਹਨਾਂ ਦੀ ਟਰੱਸਟ ਦਾ ਇਹਨਾਂ ਦੀ ਸੰਸਥਾ ਦਾ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਸਿੱਖ ਸਮਾਜ ਸਾਰਾ ਹੀ ਦੁਨੀਆਂ ਦੇ ਵਿੱਚ ਸੇਵਾ ਨਿਭਾ ਰਿਹਾ ਵੱਡੇ ਪੱਧਰ 'ਤੇ ਕਿਉਂਕਿ ਇੱਕ ਭਿਆਨਕ ਬਿਮਾਰੀ ਜਿਹੜੀ ਆ ਉਹਨੇ ਸਾਰੇ ਸੰਸਾਰ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਹੈ ਉਹ ਬਹੁਤ ਭਿਆਨਕ ਬਿਮਾਰੀ ਹੈ ਉਸ ਭਿਆਨਕ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਜਿਹੜਾ ਸਰਕਾਰਾਂ ਨੇ ਲੋਕਡਾਊਨ ਕੀਤਾ ਹੋਇਆ ਔਰ ਜਿਹੜੇ ਲੋਕ ਹੈਂਡ ਟੂ ਮਾਊਥ ਨੇ ਜਿਹਨਾਂ ਵਿਚਾਰਿਆਂ ਨੂੰ ਜਿਨ੍ਹਾਂ ਨੇ ਦਿਹਾੜੀ ਕਰਨੀ ਅਤੇ ਰਾਤ ਨੂੰ ਖਾਣਾ ਹੋਇਆ ਉਸ ਪਰਿਵਾਰਾਂ ਵਾਸਤੇ ਬੜੀ ਦਿੱਕਤ ਔਰ ਬੜੀ ਮੁਸ਼ਕਲ ਪੈਦਾ ਹੋ ਗਈ ਹੈ ਉਹਦੇ ਵਿੱਚ ਜਿਹੜੀ ਅੱਜ ਜਿਹੜੀ ਸਾਡੀ ਬਾਂਹ ਫੜੀ ਹੈ ਗਰੀਬਾਂ ਦੀ ਤਾਂ ਉਹ ਹੈ ਭਲਾਈ ਕੇਂਦਰ ਭਾਈ ਗੁਰਗੋਪਾਲ ਸਿੰਘ ਜੀ ਜਿਨ੍ਹਾਂ ਦੀ ਸੰਸਥਾ ਨੇ ਸਾਡੀ ਇਹ ਬਾਂਹ ਫੜੀ ਹੈ ਉਹਨਾਂ ਦੇ ਜਿਹੜੇ ਸਾਥੀ ਨੇ ਵੀਰ ਸਾਡੇ ਭੁਪਿੰਦਰ ਜੀ ਮੰਡੀ ਵੀਰ ਜੀ ਹੋਰ ਵੀ ਮੇਰੇ ਬਹੁਤ ਸਾਰੇ ਵੀਰ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡੀਆਂ ਗਰੀਬਾਂ ਦੀ ਜਿਹੜੀ ਆ ਉਹ ਬਾਂਹ ਫੜੀ ਆ ਮੈਂ ਸਾਰੇ ਸੰਸਾਰ ਦੇ ਵਿੱਚ ਜਿਹੜਾ ਸਿੱਖ ਸੰਗਤ ਜਿਹੜਾ ਜੋ ਸੇਵਾ ਨਿਭਾ ਰਿਹਾ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਔਰ ਖਾਸ ਕਰਕੇ ਮੈਂ ਸਰਕਾਰਾਂ ਨੂੰ ਤੁਹਾਡੇ ਮੀਡੀਆ ਦੇ ਮਾਧਿਅਮ ਅਨੁਸਾਰ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਹਨਾਂ ਗਰੀਬਾਂ ਦੀ ਜਿਹੜੀ ਆ ਉਹ ਸਾਰ ਲਈ ਜਾਵੇ ਨਾ ਤਾਂ ਸੈਂਟਰ ਸਰਕਾਰ ਵੱਲੋਂ ਕੋਈ ਇਹਨਾਂ ਗਰੀਬਾਂ ਦੀ ਬਾਂਹ ਫੜੀ ਜਾ ਰਹੀ ਆ ਔਰ ਨਾ ਹੀ ਸੂਬਾ ਸਰਕਾਰਾਂ ਵੱਲੋਂ ਔਰ ਮੈਂ ਬੇਨਤੀ ਕਰਦਾ ਜੇ ਸਰਕਾਰਾਂ ਵੰਡ ਵੀ ਰਹੀਆਂ ਨੇ ਤਾਂ ਉਹ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਸਿਰਫ ਇਹ ਸੁਸਾਇਟੀਆਂ ਜਿਹੜੀਆਂ ਸਿੱਖ ਸੰਪਰਦਾਵਾਂ ਨੇ ਇਹੋ ਹੀ ਸਾਡੇ ਗਰੀਬਾਂ ਦੀਆਂ ਬਾਹਾਂ ਫੜ ਰਹੀਆਂ ਨੇ ਮੈਂ ਆਪਣੇ ਦਿਲੋਂ ਤਹਿ ਦਿਲੋਂ ਧੰਨਵਾਦੀ ਹਾਂ ਭਾਈ ਗੁਰਗੋਪਾਲ ਸਿੰਘ ਜੀ ਦਾ ਜਿਨ੍ਹਾਂ ਦੀ ਸੰਸਥਾ ਨੇ ਸਾਡੇ ਇਸ ਇਲਾਕੇ ਦੇ ਗਰੀਬਾਂ ਦੀ ਬਾਂਹ ਫੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੁਣ ਬਹੁਤ ਜ਼ਰੂਰੀ ਹੋ ਗਿਆ ਇਹ ਅਰਦਾਸ ਦੀ ਵੀ ਅਰਦਾਸ ਕਰਿਓ ਮੈਂ ਵੀ ਇਹਦੇ 'ਚ ਪੂਰਾ ਹੋਵਾਂ ਅਤੇ ਜਿੱਥੋਂ ਤੱਕ ਵੀ ਇਹ ਹੋ ਸਕੇ ਇਹਨੂੰ ਕਿਉਂਕਿ ਇੰਡੀਆ 'ਚ ਫਿਰ ਵੀ ਬਹੁਤ ਬਚਾਅ ਹੈ ਮਹਾਰਾਜ ਬਚਾਅ ਰੱਖਣ ਅਤੇ ਇਹ ਸੋਸ਼ਲ ਡਿਸਟੈਂਸ ਦਾ ਅਤੇ ਹੋਰ ਜਿਹੜੇ ਜਿਹੜੇ ਕਾਨੂੰਨ ਉਹਨਾਂ ਨੇ ਸਾਨੂੰ ਦੱਸੇ ਨੇ ਸਿਹਤ ਵਿਭਾਗ ਨੇ ਪ੍ਰਸ਼ਾਸਨ ਨੇ ਉਹਦੇ ਵਿੱਚ ਆਪਾਂ ਪੂਰਾ ਚੱਲਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਸਭ ਨੂੰ ਪਤਾ ਹੀ ਹੈ ਜੋ ਇਹ ਕਰੋਨਾ ਨਾਮਕ ਭਿਆਨਕ ਬਿਮਾਰੀ ਸਾਰੇ ਵਰਲਡ ਵਿੱਚ ਫੈਲੀ ਹੋਈ ਹੈ ਉਹਦੇ ਚੱਲਦਿਆਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਸਾਹਿਬ ਭਾਈ ਗੁਰਗੋਪਾਲ ਸਿੰਘ ਜੀ ਵੱਲੋਂ ਇਹ ਜੋ ਰਸਦ ਹੈ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਗੁਰੂ ਅਰਜਨ ਦੇਵ ਜੀ ਨਗਰ ਗਲੀ ਨੰਬਰ 3 ਵਿਖੇ ਪਹੁੰਚੇ ਹਾਂ ਇਸ ਇਲਾਕੇ ਵਿੱਚ 7 ਕੁ ਦਿਨ ਪਹਿਲਾਂ ਵੀ ਗੁਰੂ ਮਹਾਰਾਜ ਨੇ ਸੇਵਾ ਲਈ ਹੈ ਹੁਣ ਇਸ ਵੇਲੇ ਸਾਡਾ 1 ਨੰਬਰ ਬੈਚ 2 ਨੰਬਰ ਬੈਚ ਇਹ ਗੁਰੂ ਸਾਹਿਬ ਸੇਵਾ ਲੈ ਚੁੱਕੇ ਆ ਹੁਣ ਸਾਡਾ 3ਰਾ ਅਤੇ 4ਰਾ ਨੰਬਰ ਬੈਚ ਇਹ ਗੁਰੂ ਸਾਹਿਬ ਸੇਵਾ ਲੈ ਰਹੇ ਹਨ ਇਹ ਉਹ ਇਲਾਕੇ ਹਨ ਜਿਨ੍ਹਾਂ ਇਲਾਕਿਆਂ ਦੇ ਵਿੱਚ ਦਿਹਾੜੀਦਾਰਾਂ ਨੂੰ ਦਿਹਾੜੀ ਨਾ ਮਿਲਣ ਕਰਕੇ ਜਾਂ ਕੋਈ ਵੀ ਕੰਮਾਂ ਕਾਰਾਂ 'ਤੇ ਨਾ ਜਾਣ ਕਰਕੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਸ ਵੇਲੇ ਕੋਈ ਵੀ ਰਾਸ਼ਨ ਦਾ ਦਾਣਾ ਨਹੀਂ ਹੈ ਉਹਨਾਂ ਇਲਾਕਿਆਂ ਵਿੱਚ ਪਹੁੰਚ ਕਰਕੇ ਇਹ ਰਸਦ ਜਿਹੜੀ ਉਹਨਾਂ ਘਰਾਂ ਤੱਕ ਪਹੁੰਚਾਈ ਜਾ ਰਹੀ ਹੈ ਅਸੀਂ ਪ੍ਰਸ਼ਾਸਨ ਦਾ ਅਤੇ ਜੋ ਵੀ ਸਾਡੇ ਨਾਲ ਸਹਿਯੋਗ ਕਰ ਰਹੇ ਹਨ ਰਾਸ਼ਨ ਵੰਡਣ ਵਿੱਚ ਸਾਰੇ ਮੀਡੀਏ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਫਿਰ ਇਹੋ ਬੇਨਤੀ ਕਰਦੇ ਹਾਂ ਕਿ ਇਹ ਜੋ ਰਸਦ ਆ ਰਹੀ ਹੈ ਇਹ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਸਾਹਿਬ ਭਾਈ ਗੁਰਗੋਪਾਲ ਸਿੰਘ ਜੀ ਜੋ ਵੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਪਣੇ ਅੰਮ੍ਰਿਤਸਰ ਸ਼ਹਿਰ ਤੋਂ ਜੋ ਵੀ ਇਲਾਕਿਆਂ ਤੋਂ ਸਾਨੂੰ ਸੰਗਤ ਸੇਵਾ ਭੇਜ ਰਹੀ ਹੈ ਉਹ ਰਸਦ ਦੇ ਰੂਪ ਦੇ ਵਿੱਚ ਇਹਨਾਂ ਇਲਾਕਿਆਂ ਵਿੱਚ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਪਹੁੰਚਾਈ ਜਾ ਰਹੀ ਹੈ ਇੰਨੀ ਕੁ ਗੱਲ ਕਰਦਾ ਹੈ ਅਰਦਾਸ ਫਤਿਹ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਾਰਿਆਂ ਮੈਂਬਰਾਂ ਦੀ ਮੀਟਿੰਗ ਹੋਈ ਕਿ ਇਹ ਜਿਹੜਾ ਕਸ਼ਟ ਦਾ ਸਮਾਂ ਆਇਆ ਹੈ ਇੱਕ ਤਾਂ ਕਰੋਨਾ ਵਾਇਰਸ ਕਰਕੇ ਸਾਰੀ ਪ੍ਰੋਬਲਮ ਵਰਲਡ ਵਿੱਚ ਆਈ ਪਈ ਹੈ ਦੂਸਰਾ ਜਿਹੜਾ ਦਿਹਾੜੀਦਾਰ ਹੈ ਉਹਨੂੰ ਬਹੁਤ ਮੁਸ਼ਕਲ ਹੋ ਗਈ ਜਿਹੜਾ ਰੋਜ਼ ਕਮਾਉਂਦਾ ਅਤੇ ਰੋਜ਼ ਖਾਂਦਾ ਸੀ ਉਹਦੇ ਕਰਕੇ ਫਿਰ ਇਹ ਚਾਵਲ ਅਤੇ ਖੰਡ ਅਤੇ ਚਾਹ ਪੱਤੀ ਇਹਦੇ ਪੈਕਟ ਬਣਾਏ ਗਏ ਨੇ ਅਤੇ ਪਹਿਲੀ ਖੇਪ 5000 ਪੈਕਟਾਂ ਦੀ ਇੱਧਰ ਤਰਨ ਤਾਰਨ ਰੋਡ ਦੇ ਨਾਲ ਲੱਗਦੀਆਂ ਸਾਰੀਆਂ ਕਲੋਨੀਆਂ ਅਤੇ ਹੋਰ ਇਲਾਕਿਆਂ ਦੇ ਵਿੱਚ ਗੁਰੂ ਸਾਹਿਬ ਨੇ ਸੇਵਾ ਲਈ
उस तो बाद दूसरी खेप 5000 की जी है वो भी भुगत चुकी है। तो तकरीबन अज तीजी खेप शुरू हो चुकी है। तीसरी खेप दे विच संगत ने राय दित्ती सी वी इहदे नाल हल्दी जीरा ते मिर्चां ते नाल न्यूट्री वह भी शामिल करती जाए, वो भी नाल शामिल करके हुण तीसरी खेप जिहड़ी राशन की 5000 पैकेट की पहलियां भी 2-5 हज़ार दियां ये सतगुरां की कृपा दे नाल ये आरंभ हो चुकिया ने जी। नाल हस्पताल है उत्थे जिहड़ी दवाइयां दा कारज है वो भी गुरु साहब ने कृपा की है कि फोन दे उत्ते ही फिर वो जिहड़े 5-7 मैंबर स्टाफ दे आ जांदे ने फोन ते सानू वो दवाई दसदे ने। दास ने फिर लिटल भाजी टैलेंद्र सिंह राजू वीर जी होर सारयां नू यही बेनती की कि असली प्रभु करते हैं भी फिर उन्होंने घर क्योंकि स्टाफ थोड़ा दसदा सी भी करोना का मरीज ना कोई आ जाए तो वह फिर हर एक दे घर दवाई पहुँचाई जा रही है। कल भी तकरीबन 50-55 घर भुगते ने अज होर ज़्यादा ये वाधा हो गया क्योंकि लोग दवाइया करके भी बड़ी ये गुरु साहब की कृपा नाल दूजा कार्य जिहड़ा है दवाइया का भी आरंभ हो चुका है। तीसरा जिहड़ा विधवा बीबिया ने इत्थे 2,650 उन्होंने घर भी गुरु साहब की कृपा के नाल लंगर राशन सारा वो इत्थे आके लैंदियां सी पर हुण उन्होंने मना किया इत्थे रश हो जाएगा स्पेस रखनी है सारा कानून चलना वो उन्होंने घर सारे वलंटीयर अमरप्रीत सिंह बाबा वीर जी बाबा रविंदर सिंह जी भोलू वीर जी बंटी वीर जी होर सारिया जड़िया रूहां गोगा वीर जी टैलेंद्र सिंह जी ये सारे अमरजीत सिंह गोरा वीर जी उन्होंने घर सारे वलंटीयर राशन पहुँचा रहे हैं 2,650 घर जड़िया विधवा रूटीन हर महीने लगे सानू संगत सेवा भेज रही है वो रसद के रूप के इन्हों इलाकों गुरु महाराज की मेहर के नाल पहुँचाई जा रही है। इन्नी क गल करता है दास फतेह बुलाउंदा है। वाहिगुरू जी का खालसा वाहिगुरू।